साढ़े चैनल ते होर नवीं ते ताज़ा न्यूज़ देखने लिए साढ़े सच ते पैरा टीवी चैनल नू सबसक्राइब करो अते इस दे नाल ही दित्ते गए बैल आइकन नू दबाओ। पंजाब दे लोकां नू वधिया सेहत सहूलतावां देण लई पंजाब विच आम आदमी पार्टी दी नवीं बनी सरकार वल्लों चोणां तों पहलां वड्डे वड्डे वादे कीते गए, पर किते वादिआं नू पूरा करना तां दूर, इधर तां डॉक्टर ही है नहीं। जी हाँ, पातड़ां दा इह कम्यूनिटी हैल्थ सेंटर सिर्फ 3 डॉक्टरां दे सहारे चल रहा है, जिस कारण मरीजां नू अपना इलाज करवाउण लई प्राइवेट हस्पतालां दा सहारा लैणा पै रहा है। सच ते पैरा चैनल दी टीम ने जदों हस्पताल दा दौरा किया तां देखिया कि सीनियर मैडिकल अफसर अते बच्चियां दे माहर डॉक्टर दे तबादले तों बाद कमरियां नू ताला लग्या होया। यही नहीं, लंबे समय तो सर्जन, मेडिसिन अते मेडिकल अफसर ना होने कारण मरीजां नू काफ़ी मुश्किलों का सामना करना पै रहा है। हस्पताल विच इलाज करवाउण आए निराश परते इन्हां लोकां नाल जदों साडी टीम ने गलबात कीती तां उन्हां दा की कहना ये तुसीं आप ही सुन लवो। सच ते पैरा टीवी लई पातड़ा तो सतपाल गर्ग की रिपोर्ट। मैं हरपाल शाही, प्रेजिडेंट पेट्रोलियम डीलर एसोसीएशन पात्रा। हॉस्पिटल च आई सी चैकअप कराने वास्ते पता लग्या सी भी बहुत वधिया डॉक्टर इत्थे वधिया इलाज हुंदा है ते वधिया डॉक्टर टाइम सिर आउंदे हैं, पर 11:15 बज गए जी, कोई डॉक्टर नहीं अंदर, कोई कुछ नहीं, किन्नू मिलिए कोई वर नहीं, कोई जवाब नहीं। हाँ, सब दे कमरे डॉक्टर अब मेडिसन वाले ने, हड्डियां वाले ने, बच्चियां वाले ने, ਪਰ ਜਾਂਦੇ ਜ਼ਰੂਰ ਲੱਗੇ ਨੇ, ਕਮਰਿਆਂ 'ਚ ਡਾਕਟਰ ਹੈ ਨਹੀਂ। ਸਰਕਾਰ ਦਾ ਇਲਾਜ ਤਾਂ ਦਿਖ ਨਹੀਂ ਲੱਗ ਰਿਹਾ ਜੀ ਹੁਣ। ਅਸੀਂ ਤਾਂ ਸਰਕਾਰ ਨੂੰ ਇਹ ਪੁਰਜ਼ੋਰ ਮੰਗ ਕਰਦੇ ਹਾਂ ਕਿ ਪਹਿਲੀ ਸਰਕਾਰ ਨਾਲੋਂ ਜੇ ਬਦਲਾਅ ਲਿਆਉਂਦਾ ਤਾਂ ਉਹਨੂੰ ਜਿਹੜਾ ਨਾ ਪ੍ਰੈਕਟੀਕਲੀ ਬਦਲਾਅ ਲਿਆਓ, ਗੱਲਾਂ ਬਾਤਾਂ 'ਚ ਬਦਲਾਅ ਨਾਲ ਨਹੀਂ ਕੁਛ ਬਣਦਾ ਹੈ। ਹੁਣ ਤੁਸੀਂ ਕਿੱਥੇ ਜਾਓਗੇ ਦਿਖਾਉਣ ਵਾਸਤੇ? ਹੁਣ ਅਸੀਂ ਦਿਖਾਉਣ ਕੇ ਵੀ ਹੁਣ ਪ੍ਰਾਈਵੇਟ ਜਾਵਾਂਗੇ ਜੀ, ਨਾਲ 200 ਰੁਪਈਆ ਫੀਸ ਦੇਵਾਂਗੇ, ਜੇ ਪਟਿਆਲੇ ਜਾਵਾਂਗੇ ਨਾਲ ਕਿਰਾਇਆ, ਨਾਲ 1000 ਰੁਪਏ ਦਾ ਤੇਲ ਫੂਕਾਂਗੇ, ਨਾਲ 500 ਰੁਪਈਆ ਫੀਸ ਦੇਵਾਂਗੇ। ਆਹ ਸਾਨੂੰ ਸਰਕਾਰੀ ਹਸਪਤਾਲਾਂ ਦਾ ਜਿਹੜਾ ਹੈ ਉਹ ਆਹ ਸਾਨੂੰ ਸਹੂਲਤਾਂ ਪਬਲਿਕ ਨੂੰ ਮਿਲ ਰਹੀਆਂ। ਸਰਕਾਰ ਤਾਂ ਕਹਿੰਦੀ ਮਹੱਲਾ ਕਲੀਨਿਕ ਖੋਲ ਕੇ ਵਧੀਆ ਸਹੂਲਤਾਂ ਪ੍ਰਦਾਨ ਕਰ ਰਹੇ ਲੋਕਾਂ ਨੂੰ। ਵਧੀਆ ਸਹੂਲਤਾਂ ਤਾਂ ਨੇ ਨਾ ਜੀ, ਕੋਈ ਦਿਖੇ ਵੀ ਤਾਂ ਮਹੱਲਾ ਕਲੀਨਿਕ, ਕਾਗਜ਼ੀ ਕਾਰਵਾਈ 'ਚ ਸਹੂਲਤਾਂ ਨਹੀਂ ਹੁੰਦੀਆਂ, ਪ੍ਰੈਕਟੀਕਲੀ ਸਹੂਲਤਾਂ ਚਾਹੀਦੀਆਂ। ਮਹੱਲਾ ਕਲੀਨਿਕ ਵਧੀਆ ਕਹਿੰਦੇ ਖੋਲਾਂਗੇ ਅਸੀਂ। ਮਹੱਲਾ ਕਲੀਨਿਕ ਜੇ ਆ ਸ਼ਹਿਰ ਕਲੀਨਿਕ ਨਹੀਂ ਚੱਲ ਰਹੀ ਤਾਂ ਮਹੱਲਾ ਕਲੀਨਿਕ ਕੀ ਚੱਲੂਗੀ? ਅਸੀਂ ਤਾਂ ਮੰਗ ਕਰਦੇ ਹਾਂ ਵੀ ਵੇਖੋ ਵਧੀਆ ਇਲਾਜ ਕਰੋ। ਲੋਕਾਂ ਨੇ ਬੜੀ ਉਮੀਦ ਅਤੇ ਆਸ ਨਾਲ ਸਰਕਾਰਾਂ ਬਦਲੀਆਂ ਨੇ, ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰੋ। ਇਹ ਸਰਕਾਰ, ਅਸੀਂ ਤਾਂ ਇਹ ਸੋਚਿਆ ਸੀ ਵੀ ਪਰਮਾਨੈਂਟਲੀ ਸਰਕਾਰ ਆ ਗਈ, ਹੁਣ ਇਹ ਜਾਂਦੀ ਹੀ ਨਹੀਂ। ਪਰ ਜੇ ਤੁਸੀਂ ਸਹੂਲਤਾਂ ਹੀ ਨਾ ਦਿੱਤੀਆਂ, ਕੋਈ ਪਬਲਿਕ ਦੀ ਆਵਾਜ਼ ਹੀ ਨਾ ਸੁਣੀ, ਤਾਂ ਫਿਰ ਕੀ ਕਰੇਗੇ ਲੋਕ? ਫਿਰ ਤਾਂ ਜਿਹੋ ਜਿਹੀਆਂ ਪਹਿਲੀਆਂ ਸਰਕਾਰਾਂ ਆਈਆਂ ਹੋਈ ਇਹ ਆ ਗਈ। ਕਰਨੈਲ ਸਿੰਘ ਜੀ, ਕਿਹੜੇ ਪਿੰਡ ਤੋਂ ਆਏ ਹੋ? ਪਾਣੇ ਵਾਲੇ ਤੋਂ ਜੀ। ਕਿਹੜੇ ਹਸਪਤਾਲ ਚਾਹੀਦੇ ਅੱਜ? ਸਰਕਾਰੀ ਹਸਪਤਾਲ ਵਿੱਚ ਪਾਤੜਾਂ। ਕਿਵੇਂ ਆਏ ਅੱਜ ਇੱਥੇ? ਇਹ ਬੱਚਿਆਂ ਨੂੰ ਦਿਖਾਉਣ ਵਾਸਤੇ ਆਏ ਤੇ ਘਰਦਿਆਂ ਨੂੰ ਦਿਖਾਏ ਨਾ ਜੀ, ਦਿਖਾਏ ਪਰਚੀ ਕੱਟਤੀ 10 ਰੁਪਈਆਂ ਦੀ ਤੇ ਕਹਿੰਦੇ ਡਾਕਟਰ ਕੋਈ ਹੈ ਨਹੀਂ, ਜਿੰਦੇ ਲੱਗੇ ਪਏ ਨੇ ਜੀ। ਹਾਂਜੀ, ਕਿਉਂ ਹੈ ਨਹੀਂ ਕੋਈ ਡਾਕਟਰ? ਨਾ ਜੀ ਨਾ, ਇੱਕ ਵੀ ਨਰਸ ਬੈਠੀ ਹੈ, ਉਹ ਕਦੇ ਉੱਥੇ ਕਹਿ ਦਿੰਦੀ ਹੈ, ਕਦੇ ਉੱਥੇ ਕਹਿ ਦਿੰਦੀ ਹੈ। ਸਰਕਾਰ ਤਾਂ ਕਹਿੰਦੇ ਵਧੀਆ ਪ੍ਰਬੰਧ ਕਰਦੇ ਆ। ਸਰਕਾਰ ਤਾਂ ਪਿਛਲੇ ਵੀ ਜਿਹੜੇ ਹੈਗੇ ਤੇ ਉਹ ਵੀ ਉਹੀ ਖੁੰਦੇ ਜਾਂਦੇ ਨੇ, ਉਹ ਵੀ ਚਲੇ ਗਏ। ਹਾਂਜੀ, ਕਾਰਨ ਮੰਨ ਕੀ ਮੰਨ? ਹੁਣ ਤਾਂ ਅੱਗੇ ਦਵਾਈ ਮਿਲ ਜਾਣੀ ਮੁਕਤ, ਉਹ ਦਵਾਈ ਵੀ ਕਹਿੰਦੇ ਉੱਥੇ ਮੋਦੀ ਵਾਲੇ 'ਚ ਲੈ ਲਓ, ਕਦੇ ਕਹਿੰਦੇ ਪਤਾ ਅੱਡੇ 'ਚ ਲੈ ਲਓ, ਕੋਈ ਦਵਾਈ ਨਹੀਂ ਮਿਲਦੀ, ਕੋਈ ਡਾਕਟਰ ਨਹੀਂ ਹੈਗਾ, ਕੋਈ ਪ੍ਰਬੰਧ ਨਹੀਂ। ਨਾ ਜੀ ਨਾ, ਪਹਿਲਾਂ ਕਿਵੇਂ ਸੀ ਜਿਹੜਾ ਪਹਿਲਾਂ ਚੱਲਦਾ? ਪਹਿਲਾਂ ਉਦੋਂ 2 ਮੋਦੀ ਵਾਲਾ ਵੀਰੋ ਮਿਲ ਜਾਣੀ ਦਵਾਈ, ਦੂਜੀ ਵੀ ਮਿਲਦੀ ਸੀ, ਹੁਣ ਕੋਈ ਵੀ ਨਹੀਂ ਮਿਲਦੀ ਜੀ। ਹੁਣ ਡਾਕਟਰ ਇੱਥੇ ਕੋਈ ਨਹੀਂ? ਨਾ ਜੀ ਨਾ। ਕੀ ਮੰਗ ਕਰਦੇ ਸਰਕਾਰ ਤੋਂ? ਸਰਕਾਰ ਤੋਂ ਇਹੀ ਮੰਗ ਕਰਦੇ ਵੀ ਡਾਕਟਰ ਲੈਣ ਜਾਣ, ਜਾਂ ਇਹਨਾਂ ਨੂੰ ਦੇਖਿਆ ਜਾਵੇ ਵੀ ਇਹ ਡਿਊਟੀ 'ਤੇ ਹੈਗੇ ਨੇ ਕਿ ਨਾ ਹੈਗੇ ਨੇ। ਅਗਰ ਮਹੱਲਾ ਕਲੀਨਿਕ ਖੁੱਲ ਜਾਂਦੇ ਨੇ, ਮਹੱਲਾ ਕਲੀਨਿਕ ਦਾ ਫਾਇਦਾ ਹੋਊਗਾ ਪਿੰਡ? ਜਿਹੜਾ ਹੈਗੇ ਨੇ ਮੈਨੂੰ ਤਾਂ ਉਹ ਵੀ ਜਾਣਗੇ, 4 ਡਾਕਟਰ ਖੁੱਲ੍ਹਣ ਦੇ ਬਜਾਏ ਕੋਈ ਫਾਇਦਾ ਨਹੀਂ ਜੀ।
ਕੋਈ ਸਰਕਾਰ ਜਿਹੜੀ ਕਹਿੰਦੀ ਸੀ ਮਿੰਟੋ ਮਿੰਟੀ ਨਾ ਜੇ ਕਲੀਨਿਕ ਖੋਲਣਗੇ ਫਿਰ ਡਾਕਟਰਾਂ ਦੀ ਨਾ ਜੀ ਨਾ ਕੋਈ ਨਹੀਂ ਹਾਂਜੀ ਜੇ ਕਲੀਨਿਕ ਖੋਲਣਗੇ ਜੀ ਫਿਰ ਤਾਂ ਡਾਕਟਰ ਜ਼ਰੂਰੀ ਇਹਨਾਂ ਨੂੰ ਵੱਧ ਤੋਂ ਵੱਧ ਭੇਜਣੇ ਚਾਹੀਦੇ ਨੇ ਕਹਿੰਦੇ ਭੇਜਾਂਗੇ ਅਸੀਂ ਮੰਨ ਲਾ ਜੋ ਕੋਈ ਭੇਜੂਗਾ ਫਿਰ ਕਿਤੇ ਖੁੱਲੂਗਾ ਫਿਰ ਪਤਾ ਲੱਗੂਗਾ ਜੇ ਆਪਾਂ ਨੂੰ ਅਜੇ ਕੋਈ ਪਤਾ ਹੀ ਨਹੀਂ ਲੱਗਦਾ ਜੀ ਜਦ ਕਿ ਪਹਿਲਾਂ ਇਹਨਾਂ ਹਸਪਤਾਲਾਂ 'ਚ ਪ੍ਰਬੰਧ ਕਰਨ ਦੀ ਲੋੜ ਇਹਨਾਂ ਪਹਿਲਾਂ ਇਹਨਾਂ 'ਚ ਲੋੜ ਹੈ ਜੀ ਹਸਪਤਾਲਾਂ 'ਚ ਪ੍ਰਬੰਧ ਕਰਨ ਦੀ ਫਿਰ ਪਿੰਡਾਂ 'ਚ ਕਰਨ ਦੀ ਲੋੜ ਹੈ ਜੀ ਫਿਰ ਦਵਾਈਆਂ ਚੱਲਣਗੀਆਂ ਜੀ ਇਸ ਤਰ੍ਹਾਂ ਥੋੜ੍ਹਾ ਜੀ ਕੋਈ ਆ ਗਿਆ ਨਾ ਕੋ ਆਏ ਵਾਪਸ ਜਾ ਰਹੇ ਹੁਣ ਹਾਂਜੀ ਕੀ ਮੰਗ ਕਰਦੇ ਹੋ ਡਾਕਟਰਾਂ ਦੀ ਵੀ ਉਰੇ ਸਾਨੂੰ ਡਾਕਟਰ ਮੌਕੇ 'ਤੇ ਮਿਲਣੇ ਜੀ